ਫਿਰੋਜ਼ਪੁਰ ਦੇ ਕੇਂਦਰੀ ਜੇਲ੍ਹ ਲਗਾਤਾਰ ਸੁਰੱਖਿਆ ਦੇ ਵਿੱਚ ਹੈ। ਸੈਂਟਰੀ ਜੇਲ੍ਹ ਦੇ ਵਿੱਚ ਅੱਜ ਦੇਰ ਸ਼ਾਮ ਜੇਲ੍ਹ ਦੀ ਹਾਈ ਸਿਕਿਉਰਿਟੀ ਨੂੰ ਟਾਈਟ ਕੀਤਾ ਗਿਆ। ਇਸ ਉਪਰੰਤ ਇੱਕ ਮਾਮਲਾ ਉੱਭਰਦਾ ਹੋਇਆ ਸਾਹਮਣੇ ਆ ਰਿਹਾ। ਦੋ ਗੈਂਗਸਟਰਾਂ ਦੇ ਵਿਚਕਾਰ ਲੜਾਈ ਹੋਈ ਹੈ, ਜਿਸ ਉਪਰੰਤ ਪੁਲਿਸ ਕਾਰਵਾਈ ਕਰ ਰਹੀ ਹੈ। ਜੇਲ੍ਹ 'ਚ ਲੜਾਈ ਕਿੰਨਾਂ ਨਾਲ ਹੋਈ ਹੈ? ਇੱਕ ਕੰਮਾ ਵਾ ਅਤੇ ਇੱਕ ਗੋਪੀ ਅਤੇ ਇੱਕ ਜਿੰਦੇ ਹਰ ਚੰਦ ਬਾਬਾ ਇੱਕ ਦੋ ਨੇ ਹੋਰ। ਤੁਸੀਂ ਕਿਹੜੀ ਸਕਿਓ ਜੇ ਹੈਗੇ ਸੀਗੇ, ਕਿਹੜੀ ਬੈਰਕ ਸੀਗੇ? ਹਾਈ ਸਕਿਓਰਿਟੀ? ਹਾਈ ਸਕਿਓਰਿਟੀ। ਅਤੇ ਕੀ ਹੋਇਆ, ਕੀ ਸੀਗਾ ਲੜਾਈ? ਕਹਿੰਦੇ ਕਿਸੇ ਗੱਲ ਮੈਨੂੰ ਕਹਿੰਦੇ ਅਤੇ ਉਹ ਕਹਿੰਦੇ ਉਹ ਜਿਹੜਾ ਅੰਦਰ ਮੁੰਡਾ ਹਰਪ੍ਰੀਤ ਨੇ ਕਹਿੰਦੇ ਸੁਣ ਲਿਆ ਉਹ ਉਹਨਾਂ ਦੂਰੇ ਮੁੰਡਿਆਂ ਨੂੰ ਦੱਸਣ ਲੱਗਾ ਸੀ ਅਤੇ ਉਹਨਾਂ ਨੇ ਪਹਿਲੇ ਹੀ ਉਹਨੂੰ ਢਾਲ ਲਿਆ ਅਤੇ ਮੈਂ ਟੈਬਲੇਟ ਲੈਣ ਡਿਆ। ਮੈਂ ਟੈਬਲੇਟ ਲੈਂਦੇ ਵੇਖਿਆ ਇਹਨੂੰ ਕਿ ਸੱਟਾ ਮਾਰ ਦੇਵੇ, ਮੈਂ ਬਚਾ ਨਹੀਂ ਗਿਆ ਅਤੇ ਮੇਰੇ ਵੀ ਲੱਗ। ਕਿੰਨੇ ਜਣੇ ਜ਼ਖਮੀ ਹੋਏ ਹੋ? ਹਾਂਜੀ, ਦੋ ਜਣੇ। ਦੋ ਜਣੇ ਹੋਏ? ਹਾਂਜੀ। ਤੁਹਾਡੇ 'ਤੇ ਕਿਹੜੇ ਮੁਕੱਦਮੇ ਦਰਜ ਹੈਗੇ? ਮੇਰੇ 'ਤੇ ਕਹਿੰਦੇ 302 ਦੇ। ਤੁਸੀਂ ਕਿਸ ਕੇਸ ਦੇ ਵਿੱਚ? ਕਤਲ ਵਾਲੀ ਕੇਸ। ਦੋ ਜਣੇ ਜ਼ਖਮੀ ਹੋਏ ਹੈ? ਹਾਂਜੀ। ਉੱਧਰ ਵੀ ਹੋਏ ਦੂਜੇ ਪਾਸੇ ਕੋਈ? ਉੱਧਰ ਕੋਈ ਨਹੀਂ ਆਏ। ਕੀ ਨਾਮ ਹੈ ਤੁਹਾਡਾ? ਅਮਿਤ ਚਾਮੀ। ਅਤੇ ਦੂਜਾ ਜਿਹੜਾ ਜ਼ਖਮੀ ਹੋਇਆ ਉਹਦਾ ਕੀ ਨਾਮ ਹੈ? ਹਰਪ੍ਰੀਤ। ਉਹਦੇ 'ਤੇ ਕਿਹੜਾ ਕੇਸ ਦਰਜ ਹੈ? ਉੱਤੇ ਵੀ ਮਰਡਰ 308। ਤੁਸੀਂ ਲੈ ਕੇ ਆਏ ਹੈਗੇ ਉਹ ਸਿਵਲ ਹਸਪਤਾਲ ਦੇ ਵਿੱਚ, ਕੌਣ ਹੈਗੇ ਨੇ, ਕੀ ਨਾਮ, ਕੀ ਅਸਰ ਇਹਨਾਂ ਦੇ? ਇਹ ਜੀ, ਇੱਕ ਤਾਂ ਹੈਗਾ ਕੈਦੀ ਹਰਪ੍ਰੀਤ ਸਿੰਘ ਅਤੇ ਦੂਜਾ ਹੈਗਾ ਹਵਾਲਾਤੀ ਅਮਿਤ ਚਾਂਬੀ। ਇਹ ਦੋਨੋਂ ਹਾਈ ਸਿਕਿਉਰਿਟੀ ਜੇਲ੍ਹ 'ਚ ਬੰਦ ਸੀ, ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ, ਜਿਨ੍ਹਾਂ ਦੀ ਆਪਣੇ ਉੱਧਰ ਕੋਮੇਟਸ ਜਿਹੜੇ ਹਵਾਲਾਤੀ ਹੈ ਉਹਨਾਂ ਨਾਲ ਲੜਾਈ ਹੋਈ ਹੈ, ਜਿਹਦੇ ਵਿੱਚ ਇਹ ਇੰਜਰਡ ਹੋਏ ਹੈ ਅਤੇ ਉਹਨਾਂ ਦਾ ਇਲਾਜ ਸੰਬੰਧੀ ਲੱਗਿਆ। ਸਰ, ਇਹਨਾਂ ਦੀ ਲੜਾਈ ਕਿਉਂ ਹੋਈ ਹੈ, ਅੰਦਰ ਕਿਹਨਾਂ ਨਾਲ ਹੋਈ ਹੈ? ਇਹਨਾਂ ਦੀ ਲੜਾਈ ਜੀ ਰੰਜਿਸ਼ਬਾਜ਼ੀ ਕਰਕੇ ਹੋਈ ਹੈ, ਇਹਨਾਂ ਦੇ ਨਾਲ ਦੇ ਹੀ ਹੈ, ਬਾਬਾ ਬਾਬਾ ਕਹਿੰਦੇ ਉਹਨੂੰ। ਬਾਕੀ ਅਸੀਂ ਇਹਨਾਂ ਦਾ MLR ਕੱਢ ਜੇ, ਫਿਰ ਬਿਆਨ ਲਿਖ ਕੇ ਫਿਰ ਅਗਲੀ ਕਾਰਵਾਈ ਸਮਝ ਲਈ। ਕਾਫੀ ਜ਼ਖਮੀ ਹੋਏ ਆ ਸਰ? ਜੀ, ਇਹਨਾਂ ਦੇ ਕੁਛ ਸਿਰ 'ਚ ਸੱਟ ਹੈ, ਕੁਛ ਨੱਕ 'ਤੇ ਸੱਟ ਹੈ, ਸੋ ਅੰਡਰ ਕੰਟਰੋਲ ਹੈ, ਸੇਫ ਹੈ ਬਿਲਕੁਲ, ਅਤੇ ਆਪਣੇ ਹੋਸ਼ 'ਚ ਨੇ ਅਤੇ ਇਲਾਜ ਚੱਲ ਰਿਹਾ। ਇਹ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਆ? ਇਹ ਜੀ ਅੰਮ੍ਰਿਤਸਰ ਦੇ। ਅਤੇ ਇਹਨਾਂ ਦੇ ਕੀ ਮੁਕੱਦਮੇ ਕੋਈ ਦਰਜ? ਇਹ ਜੀ ਆਪਣੇ 302 ਦੇ 1 'ਤੇ 6 ਮੁਕੱਦਮੇ ਦਰਜ ਹੈ, ਅਤੇ ਦੂਜੇ ਦੇ ਵੀ ਜੀ ਗੈਂਗਸਟਰਸ ਨੇ ਜਿਹੜੇ ਹਾਈ ਸਿਕਿਉਰਿਟੀ 'ਚ ਬੰਦ ਹੈ, ਅਤੇ ਅੱਗੇ ਜੇ ਕੋਈ ਇਨਵੈਸਟੀਗੇਸ਼ਨ 'ਚ ਕੁਛ ਵੀ ਹੈ ਤੁਹਾਨੂੰ ਫੋਲੋਅਪ ਦੇਣਾ।